ਦੋਸਤੋ ਕੀ ਹਾਲ ਚਾਲ ਹੈ ਤੁਸੀਂ ਵੇਖਦੇ ਪੈਰ ਵਾਲੇ ਐਨੀਮਲ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਨਈਮ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਕਰੋ ਪ੍ਰੈਸ ਤਾਂ ਕਿ ਸਾਡੀ ਲੇਟੈਸਟ ਤੋਂ ਲੇਟੈਸਟ ਵੀਡੀਓ ਪਹੁੰਚੇ ਸਾਡੇ ਵੀਰਾਂ ਤੱਕ ਬਾਸਾਨੀ ਅਸੀਂ ਉਮੀਦ ਕਰਦੇ ਹਾਂ ਸਾਡੇ ਸਾਰੇ ਵੀਰ ਭਰਾ ਖੈਰੀਅਤ ਨਾਲ ਹੋਣਗੇ ਭਰਾਵਾਂ ਦੀ ਖਿਦਮਤ ਦੇ ਵਿੱਚ ਦੋ گاਵਾਂ ਦੀ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਇੱਕ ਵਲੈਤਨ گا ਹੈ ਜੀ ਇੱਕ ਸਾਈਵਲ ਕਰਾਸ ਨਸਲ ਦੀ ਏ ਕੈਮਰਾਮੈਨ ਸਾਹਿਬ ਕਰਾਉਣਗੇ ਜਾਨਵਰ ਦੀਆਂ ਤਸੱਲੀਆਂ ਇਹ ਜੀ ਜਾਨਵਰ ਨੰਬਰ 1 ਦੇ ਦੋਵੇਂ ਡੰਗਰ ਸੂਏ ਹੋਏ ਨੇ ਦ ਉਹਨਾਂ ਕੋ ਪੁੱਛਾਂਗੇ ਕਿੰਨੇ ਕਿੰਨਾ ਦਿਨਾਂ ਦੀਆਂ ਸੂਈਆਂ ਨੇ ਕਿੰਨਾ ਦੁੱਧ ਹੈ ਇਹ ਵੀ ਉਹਨਾਂ ਦੇ ਬਕੌਲ ਸੁਣਾਂਗੇ ਅੱਲਾ ਦੇ ਖਾਸ ਫਜ਼ਲ ਨਾਲ ਨਮੋਲ ਤੇ ਅਸੀਂ ਜਾਨਵਰ ਹਮੇਸ਼ਾ ਹਰ ਵਾਲ ਐਨੀਮਲ ਟੀਵੀ ਦੀ ਜ਼ਿੰਨਤ ਨੇ ਛੋਟੀ ਛੋਟੀ ਸਿੰਗੀ ਹੈਗੀ ਏ ਹਰ ਚੀਜ਼ ਕੈਮਰੇ ਦੀ ਨਜ਼ਰ ਏ ਸੋਨਾ ਏ ਮਿੱਟੀ ਏ ਪਿੱਤਲ ਏ ਇਹ ਜਿਹੜੀ ਵੀ ਚੀਜ਼ ਏ ਕੈਮਰੇ ਦੀ ਅੱਖ ਨਾਲ ਵਿਖਾਈ ਜਾਏਗੀ ਅਗਰ ਲੈਣੇ ਦੇਣੇ ਹੁੰਦੇ ਨੇ ਮੁਕੱਦਰ ਸੌਦੇ ਨਸੀਬਾਂ ਨਾਲ ਕਮੈਂਟ ਸੈਸ਼ਨ ਦੇ ਵਿੱਚ ਜਾ ਕੇ ਭਰਾਵਾਂ ਦੀ ਰਾਏ ਦੇ ਸਕਦੇ ਨੇ ਸਾਡੀ ਵੀਡੀਓ ਅੱਛੀ ਲੱਗੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਅੱਲਾਹ ਤਾਲਾ ਦੇ ਖਾਸ ਫਜ਼ਰ ਨਾਲ ਜਿਹੜੀ ਚੀਜ਼ ਵੀ ਭਰਾਵਾਂ ਵਾਸਤੇ ਲੈ ਕੇ ਆਈ ਦੀ ਅਨਮੋਲ ਲੈ ਕੇ ਆਈ ਦੀਏ ਤਾਂ ਕਿ ਸਾਡੇ ਵੀਰ ਭਰਾ ਨਮੋਲ ਤੇ ਹਸੀਨ ਜਾਨਵਰ ਖਰੀਦੇ ਰਹਿਣ ਇਹ ਪਿੱਛੇ ਵੱਛਾ ਜੀ ਦੇ ਇੱਕ ਨੰਬਰ ਗਾਂ ਦੇ ਵੱਛਾ ਜੀ ਨਾੜਵਾ ਨਾਲ ਲੱਗਾ ਹੋਇਆ ਇਹ ਵੀ ਮੇਰੇ ਕੈਮਰਾਮੈਨ ਸਾਹਿਬ ਕਰਾਉਣ ਗੇਂਦੀਆਂ ਵੀ ਤਸੱਲੀਆਂ ਪੂਰੀਆਂ ਤਾਂ ਕਿ ਕੋਈ ਵੀ ਸ਼ੱਕ ਸ਼ੁਬੇ ਜਿਹੜੇ ਹਨ ਉਹ ਭਰਾਵਾਂ ਦੇ ਜਿਹੜੇ ਦਿਲ ਚੋਂ ਹਨ ਉਹ ਕੱਢ ਦਈਏ ਅਸੀਂ ਹਾਂ ਜੀ ਜਾਨਵਰ ਨੰਬਰ 1 ਕੇ ਇਹ ਤੋਂ ਬਾਅਦ ਜਾਨਵਰ ਨੰਬਰ 2 ਤੇ ਮੇਰੇ ਕੈਮਰਾਮੈਨ ਸਾਹਿਬ ਕੈਮਰਾ ਲਿਆਵਣਗੇ ਉਹ ਦੋਨ ਦੇ ਦੋਵਾਂ ਜਾਨਵਰਾਂ ਦੀ ਤਸੱਲੀ ਹੋਵੇ ਦੀ ਕੈਮਰੇ ਦੀ ਅੱਖ ਨਾਲ ਅਗਾ ਪਸੰਦ ਵੀਰਾਂ ਭਰਾਵਾਂ ਨੇ ਆਬ ਕਰਨੀ ਹੈ ਇਹ ਜਿਹੜੀ ਵੀ ਚੀਜ਼ ਹੈ ਤਸੱਲੀ ਨਾਲ ਵਿਖਾਈ ਦੀ ਅਸੀਂ ਤਾਂ ਕਿ ਕੋਈ ਵੀਰ ਭਰਾਏ ਨਾ ਕਵੇ ਵੀ ਜਾਨਵਰ ਦੀ ਤਸੱਲੀ ਨਹੀਂ ਹੋਈ ਜਾਂ ਜਾਨਵਰ ਵਿਖਾਇਆ ਨਹੀਂ ਗਿਆ ਤਸੱਲੀ ਨਾਲ ਜਾਨਵਰ ਅਸੀਂ ਪੂਰੀ ਤਸੱਲੀਆਂ ਨਾਲ ਭਰਾਵਾਂ ਨੂੰ ਵਿਖਾਵਾਂਗੇ ਸ਼ੱਕ ਸ਼ੂਬੇ ਕੱਢ ਕੇ ਇਹਨੂੰ ਭਾਜੀ ਬਿਸਮਿਲ੍ਲਾ ਪੜ੍ਹ ਕੇ ਟੋਰੋ ਮਾੜਕ ਟੋਰ ਫੇਰ ਕੇ ਵੀਨਾ ਭਰਾਵਾਂ ਨੂੰ ਜਾਨਵਰ ਤਾਂ ਵਿਖਾ ਦੀਦਾ ਵੀ ਵੀ ਟੋਰ ਜਾ ਫਿਰਦਾ ਜਾਨਵਰ ਵੇਖ ਲੈਣ ਜਾਨਵਰ ਦੇ ਟੋਰਨ ਚ ਕੋਈ ਮਸਲਾ ਮਸਾਇਲ ਕੋਈ ਇਸ ਤਰ੍ਹਾਂ ਦਾ ਗੱਲਬਾਤ ਤਾਂ ਨਹੀਂ ਪੈਰ ਚ ਕੰਡਾ ਕੁੰਡਾ ਤਾਂ ਨਹੀਂ ਲੱਗਾ ਆ ਤਾਂ ਹੀ ਉਹ ਭਰਾਵਾਂ ਨੂੰ ਟੋਰ ਫੇਰ ਕੇ ਸਾਰੇ ਸ਼ਖਸ਼ੇ ਕੱਢ ਦੇ ਦੇਣੇ ਜੀ ਖਲੇ ਠੱਲੇ ਜੀ ਇੱਕ ਵਾਰ ਠੱਲੋ ਨਾ ਠੱਲੋ ਦੇਖਦੀ ਹੈ ਕਿਹਾ ਕੰਮ ਹੋਣੇ ਬੰਦਿਓ ਜੀ ਹਾਂ ਜੀ ਜਾਨਵਰ ਨੰਬਰ 1 ਦੀ ਤਸੱਲੀ ਹੋ ਗਈ ਬੱਚਾ ਵਿਖਾਓ ਜੀ ਕੈਮਰਾਮੈਨ ਸਾਹਿਬ ਲਾਓ ਕੈਮਰਾ ਪਿੱਛੇ ਵਛਿਆ ਜੀ 나ੜਵਾ ਨਾਲ ਲੱਗਾ ਆਇਆ ਕੈਮਰੇ ਦੀ ਨਜ਼ਰ ਜ਼ਰਾ ਕੈਮਰਾ ਨੇੜੇ ਲਿਆਓ ਤੇ ਵਿਖਾਓ ਵੀ ਪਿੱਛੇ ਤਸੱਲੀ 나ੜਵਾ ਵੀ ਨਾਲ ਲੱਗਾ ਆਇਆ ਤਸੱਲੀ ਇਹਦੀ ਵੀ ਕਰਾਓ ਪੂਰੇ ਸ਼ੱਕ ਸ਼ੁਭੇ ਜਿਹੜੇ ਭਰਾਵਾਂ ਦੇਗੇ ਨੂੰ ਕੱਢ ਦਿਓ ਜਾਨਵਰ ਨੰਬਰ 2 ਤੇ ਕੈਮਰਾਮੈਨ ਸਾਹਿਬ ਇਹ ਤੋਂ ਬਾਅਦ ਕੈਮਰਾ ਲਿਆਵਣਗੇ ਲਓ ਇਹ ਕੈਮਰਾਮੈਨ ਸਾਹਮਣੇ ਜਾਨਵਰਾਂ ਦੇ ਬ੍ਰੇਕ ਦੀ ਤਸੱਲੀ ਕਰਾਤੀ ਇਹਨਾਂ ਦਾ ਮੁਹਬਤਾਂ ਵਾਲਾ ਮੁੱਲ ਕਿੰਨਾ ਹੈ ਦੁੱਧ ਕਿੰਨਾ ਹੈ ਆਪਾਂ ਮਾਲਕਾਂ ਕੋਲ ਪੁੱਛ ਲੈਨੇ ਆਂ ਅਸਲਾਮੁਅਲੈਕਮ ਜੀ ਵਾ ਅਸਲਾਮ ਜੀ ਕੀ ਹਾਲ ਹੈ ਜੀ ਖੈਰ ਭਾਈ ਜੀ ਹਾਂ ਅਲਹਮਦੁਲਿਲਾਹ ਕੀ ਨਾਮ ਹੈ ਜੀ ਆਪਣਾ ਮੁਹੰਮਦ ਅਕਬਾਲ ਜੀ ਅਕਬਾਲ ਸਾਹਿਬ ਗਾਂ ਆਪਣੀ ਕਿੰਵੇਂ ਸੂਏ ਜੀ ਤੀਸਰੇ ਸੂਏ ਜੀ ਤੀਜੇ ਸੂਏ ਆ ਸੂਈ ਹੈ ਠੀਕ ਹੋ ਗਿਆ ਕਿੰਨੇ ਦਿਨ ਹੋ ਗਿਆ ਸੂਈ ਨੂੰ ਆ ਚੌਥਾ ਦਿਨ ਹੋ ਗਿਆ ਸੂਈ ਨੂੰ ਜੀ ਚੌਥਾ ਦਿਨ ਹੋ ਗਿਆ ਸੂਈ ਨੂੰ ਤੇ ਕਿੰਨਾ ਦੁੱਧ ਹੈ ਜੀ ਇਹਦੇ ਕਰ 12 ਕਿਲੋ ਜੀ 12 ਕਿਲੋ ਦੁੱਧ ਤੇ ਕੀ ਮੋ ਉਹਨ ਕੈਮਰੇ ਚ ਆਪਾਂ ਕਿੰਨਾ ਕੁ ਕਰਨਾ ਹੈ ਜੀ 170 ਜੀ 170 ਠੀਕ ਹੋ ਗਿਆ ਜਾਨਵਰ ਨੰਬਰ 2 ਤੇ ਕੈਮਰਾ ਲੈ ਜਾਓ ਜੀ ਕੈਮਰਾਮੈਨ ਸਾਹਿਬ ਇਹਨਾਂ ਮਗਰ ਕੀ ਹੈ ਜੀ ਇਹਨਾਂ ਮਗਰ ਅੱਛਾ ਜੀ ਇਹਨਾਂ ਮਗਰ ਵੀ ਬੱਚਾ ਹੈ ਜੀ ਚਲੋ ਇਹ ਕੈਮਰਾਮੈਨ ਸਾਹਿਬ ਦੋਵੇਂ ਜਾਨਵਰਾਂ ਮਗਰ ਬੱਚੇ ਨੇ ਜੀ ਤਸੱਲੀ ਕਰਾ ਦਿਓ ਇਹਦੀ ਵੀ ਛੋਟੀ ਛੋਟੀ ਸਿੰਘੀ ਹੈਗੀ ਲਾਲ ਗੋਰਾ ਰੰਗ ਹੈ ਆ ਥਣ ਸੋਹਣਾ ਹੈ ਹਰ ਚੀਜ਼ ਕੈਮਰੇ ਦੀ ਨਜ਼ਰ ਹੈ ਜੀ ਇਹਦੀ ਵੀ ਕੈਮਰੇ ਦੀ ਅੱਖ ਨਾਲ ਤਸੱਲੀ ਕਰਾ ਦਿੰਨੇ ਆ ਇਹਦਾ ਕੀ ਮੁਹੱਬਤਾਂ ਵਾਲਾ ਮੁੱਲ ਹੈ ਕਿੰਨੇ ਕੁ ਪੈਸੇ ਇਹਦੇ ਲੈਣ ਵਾਲੇ ਟੋਰੋ ਜੀ ਇਹਨੂੰ ਵੀ ਇਨੂੰ ਵੀ ਟੋਰ ਫੇਰ ਕੇ ਵਖਾਓ ਇੰਦੀ ਵੀ ਤਸੱਲੀ ਕਰਾਓ ਤਾਂ ਕਿ ਭਰਾ ਐ ਜੀ ਜਾਨਵਰ ਨੰਬਰ 2 ਹੈ ਜੀ ਇੰਦੀ ਤਸੱਲੀ ਕਰੋ ਕਿੰਨਾ ਇਹਦਾ ਮੁਹਬਤਾਂ ਵਾਲਾ ਮੁੱਲ ਮੰਗਦੇ ਨੇ ਜਿਹੜੇ ਕੋਈ ਪੈਸੇ ਲੈਣ ਆਲੇ ਨੇ ਇਹ ਵੀ ਮਾਲਕਾਂ ਕੋਲ ਪੁੱਛ ਲੈਣੇ ਆਪਾਂ ਗਾਂ ਚੋਈ ਹੋਈ ਹੈ ਜੀ ਕਿੰਨਾ ਦੁੱਧ ਹੈ ਹਾਜ਼ਰ ਵਕਤ ਇਹ ਵੀ ਉਹਨਾਂ ਕੋਲ ਪੁੱਛ ਲੈਣੇ ਜੀ ਆਪਾਂ ਬਖੜੀ ਕਰ ਇਹ ਪਾਸੋਂ ਪੂਰੀ ਨਿਛੜੀ ਗਾਂ ਜੀ ਇੱਥੇ ਅਸੀਂ ਪਾਪ ਪਾ ਜਿਉਂ ਕੰਮ ਕਰਦੇ ਜੀ ਨਾ ਅੰਤਰੀਅਨ ਇਹ ਪਾਏ ਰਿਹਾ ਇਹ ਬਹੁਤ ਫਰੈਨ ਲਗਾ ਹੋਇਆ ਪਾਸੇ ਸਿੱਧੇ ਇਹ ਜੀ ਜਾਨਵਰ ਨੰਬਰ 2 ਹੈ ਇੰਦੀ ਮੇਰੇ ਕੈਮਰਾਮੈਨ ਸਾਹਿਬ ਤਸੱਲੀ ਕਰਾ ਰਹੇ ਨੇ ਇਹਦੇ ਪਿੱਛੇ ਵੀ ਬੱਚਾ ਹੈ ਬੱਚੇ ਦੇ ਵੀ ਕੈਮਰਾਮੈਨ ਸਾਹਿਬ ਲਿਆ ਕੈਮਰਾ ਲਿਆ ਹੈ ਜੇ ਇਹਦਾ ਵੀ ਨਾਲਵਾ ਨਾਲ ਹੀ ਲੱਗਾ ਹੋਇਆ ਹੈ ਤਸੱਲੀ ਇੰਦੀ ਵੀ ਕਰਾ ਦਿਓ ਸੋ ਕਰਾ ਸਹੀ ਸਹੀ ਵਾ ਇਹ ਸਾਈਵਾਲ ਕਰਾਸ ਨਸਲ ਦੀ ਗਾਇਆਂ ਜੀ ਇਹ ਭਾਈ ਜੀ ਕਿੰਨੇ ਸਵੇਰੇ ਇਹ ਦੂਸਰੇ ਸਵੇਰੇ ਜੀ ਦੂਜਾ ਸਵੇਰ ਸੂਈ ਹੈ ਕਦੋਂ ਸੂਈ ਹੈ ਜੀ ਪਰਸੋਂ ਸੂਈ ਜੀ ਪਰਸੋਂ ਸੂਈ ਹੈ ਇਹਦੇ ਥੱਲੇ ਕਿੰਨਾ ਦੁੱਧ ਦੇ ਜੀ ਇਸ ਵਾਰ ਤਾਂ 10 ਕਿਲੋ ਜੀ 10 ਕਿਲੋ ਦੁੱਧ ਇਹਦਾ ਕਿੰਨਾ ਮੁੱਲ ਮੰਗਨੇ ਆ ਜੀ 160 ਜੀ 160 ਸਾਈਵਾਲ ਕਰਾਸ ਕਰਾਸ ਆ ਜੀ ਹਾਂ ਜੀ ਸਾਈਵਾਲ ਕਰਾਸ 160 ਚ ਕੋਈ ਗੁੰਜਾਇਸ਼ 1.5 ਲੱਖ ਦੀ 1.5 ਲੱਖ ਦੀ ਦੇ ਦੇਾਂਗੇ ਦੋਵਾਂ ਡੰਗਰਾਂ ਦੇ ਵਿੱਚੋਂ 10-10 ਹਜ਼ਾਰ ਦੀ ਛੂਟ ਹੈਗੀ ਏ ਉਹ 1.80 ਹਜ਼ਾਰ ਮੁੱਲੇ ਤੇ 1.70 ਦੀ ਦੇਣੀ ਹੈ ਤੇ ਇਹ 160 ਮੁੱਲੇ ਤੇ 1.5 ਲੱਖ ਦੀ ਦੇਣੀ ਠੀਕ ਹੋ ਗਿਆ ਜੀ ਕੈਮਰਾਮੈਨ ਸਾਹਿਬ ਨੇ ਦੋਵਾਂ ਜਾਨਵਰਾਂ ਦੀ ਕਰਾਈ ਤਸੱਲੀ ਜਾਨਵਰ ਨੰਬਰ 1 ਦੀ ਵੀ ਡਿਮਾਂਡ ਹੈਗੀ 1,80,000 ਰੁਪਇਆ ਤੇ ਜਾਨਵਰ ਨੰਬਰ 2 ਦੀ ਡਿਮਾਂਡ ਹੈ 1,60,000 ਰੁਪਇਆ ਉਹਦੇ ਚੋਂ 10,000 ਦੀ ਰਾਹਤ ਕੀਤੀ ਐ ਉਹਦੇ ਚੋਂ ਵੀ 10,000 ਦੀ ਰਾਹਤ ਕੀਤੀ ਹੈ ਜਸਵੀਰ ਭਰਾ ਸਾਡੀ ਵੀਡੀਓ ਪਸੰਦ ਆਈ ਹੋਵੇ ਜਾਨਵਰ ਨੰਬਰ 1 ਦੇ ਥੱਲੇ ਦੁੱਧ ਦੇ ਗਿਆ ਜੀ ਇਸ ਟਾਈਮ 12 ਤੋਂ 14 ਲੀਟਰ ਤੇ ਜਿਹੜਾ ਜਾਨਵਰ ਨੰਬਰ 2 ਹੈ ਉਹਦੇ ਥੱਲੇ ਹਾਜ਼ਰ ਵਕਤ 10 ਲੀਟਰ ਦੁੱਧ ਦੇ ਗਿਆ ਜਸਵੀਰ ਭਰਾ ਸਾਡੀ ਵੀਡੀਓ ਪਸੰਦ ਆਈ ਹੋਵੇ ਸਾਡੇ ਜਾਨਵਰ ਖਰੀਦਣਾ ਚਾ ਵੇ 673 030 ਪੂਰਾ 2790 673 ਇਸੇ ਨੰਬਰ ਤੇ ਸਾਡੀ WhatsApp ਬਣੀ ਹੋਈ ਹੈ ਅਸੀਂ ਉਮੀਦ ਕਰਦੇ ਸਾਡੇ ਵੀਰਾਂ ਭਰਾਣ ਸਾਡੀ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਪਸੰਦ ਆਵੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਇਸ ਦੇ ਨਾਲ ਹੀ ਆਦੇ ਮੇਜ਼ਬਾਨ ਮੁਹੰਮਦ ਨੈਮ ਨੂੰ ਦੇ ਇਜਾਜ਼ਤ ਅੱਲਾ ਨਿਕੇਬਾਨ